ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਇਸ ਤਰ੍ਹਾਂ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਹੁਣ ਵੀ ਘਰੋਂ ਆ ਜਾਨੀ ਆ। ਮੈਂ ਉਹਨੂੰ ਇੰਨੀ ਕੁ ਗੱਲ ਕਹੀ ਸੀ ਕਿ ਮੈਨੂੰ ਇੱਕ 6 ਮਹੀਨੇ ਇੱਥੇ ਇੱਕ ਕਮਰੇ 'ਚ ਰਹਿਣ ਦੇ, ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਜਿਨ੍ਹਾਂ ਰਿਸ਼ਤੇਦਾਰਾਂ ਨੂੰ ਮੈਂ ਇਹ ਕਹਿੰਦੀ ਰਹੀ, ਅੱਜ ਉਹ ਰਿਸ਼ਤੇਦਾਰ ਵੀਡੀਓ ਬਣਾ ਬਣਾ ਕੇ ਪਾਉਂਦੇ ਪਏ ਨੇ, ਉਹਨਾਂ ਨੂੰ ਨਹੀਂ ਪਤਾ ਕਿ ਸਾਡੀ ਭੈਣ ਨਾਲ ਕੀ ਬੀਤੀਆਂ ਨੇ। ਜੋ ਵੀ ਰਿਸ਼ਤੇਦਾਰ ਨੇ, ਕਿਸੇ ਨੇ ਨਹੀਂ ਸੋਚਿਆ, ਕਿਸੇ ਨੇ ਹਰ ਕਿਸੇ ਨੇ ਮੇਰਾ ਗਲਤ ਸੁਨੇਹਾ ਜਾ ਕੇ ਲਾਇਆ। ਇਸ ਨੂੰ ਖੁਦ ਨੂੰ ਮੈਂ ਫੋਨ ਕੀਤੇ ਕਿ ਕਾਕਾ ਤੂੰ ਮੈਨੂੰ 15 ਮਿੰਟ ਮਿਲ। ਇੱਕ ਦਿਨ ਮੈਨੂੰ ਮਿਲਣ ਆਇਆ, ਇਹਨੇ ਰਿਕਾਰਡਿੰਗਾਂ ਲਾਈਆਂ ਹੋਈਆਂ ਸਨ, ਇਹਨੇ ਮੇਰੇ ਨਾਲ ਬੇਈਮਾਨੀ ਕੀਤੀ, ਉਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਇਹਦਾ। ਮੈਂ ਉੱਥੋਂ ਡਿੱਗੀ, ਇਹਨੂੰ ਪਤਾ ਲੱਗ ਗਿਆ ਮੈਂ ਗਿਰ ਗਈ ਹਾਂ, ਮੇਰੀ ਗਰਦਨ 'ਤੇ ਸੱਟ ਲੱਗੀ ਹੈ, ਇਹ ਬੰਦਾ ਮੈਨੂੰ ਮਿਲਣ ਨਹੀਂ ਆਇਆ। ਇਸਨੇ ਜ਼ਰਾ ਨਹੀਂ ਸੋਚਿਆ ਕਿ ਮਾਂ ਨੂੰ ਮੈਂ ਪਤਾ ਕਰਾਂ ਮੇਰੀ ਮਾਂ ਕਿੱਥੇ ਹੈ, ਮੇਰੀ ਮਾਂ ਨੂੰ ਕੀ ਹੋਇਆ। ਮੈਂ ਇਹਦੇ ਨਾਲ ਨਹੀਂ ਰਹਿ ਸਕਦੀ, ਮੈਂ ਨਹੀਂ ਇਹਦੇ ਨਾਲ ਰਹਿਣਾ। ਇਹ ਕੁਛ ਨਹੀਂ ਸੋਚਦਾ ਸਮਝਦਾ, ਭਾਂਡੇ ਭੰਨਣ ਲੱਗ ਜਾਂਦਾ, ਦਾਲ ਦਾ ਕੁੱਕਰ ਛੱਤ ਨਾਲ ਮਾਰ ਦਿੰਦਾ, TV ਤੋੜ ਦਿੰਦਾ, ਕੰਪਿਊਟਰ ਤੋੜ ਦਿੰਦਾ। ਇਹ ਕੁਛ ਨਹੀਂ ਸੋਚਦਾ, ਚਾਬੀ ਚੁੱਕਦਾ, ਨੰਗੇ ਸਿਰ ਘਰੋਂ ਗੱਡੀ ਲੈ ਕੇ ਨਿਕਲ ਜਾਂਦਾ। ਮੈਨੂੰ ਨਹੀਂ ਪਤਾ, ਮੈਂ ਕੁਛ ਨਹੀਂ ਕਹਿਣਾ ਇਸ ਸਟੋਰੀ ਬਾਰੇ। ਮੈਂ ਨਿਕਲ ਆਉਂਦੀ ਹਾਂ, ਮੇਰੇ ਕੋਲੋਂ ਇਹ ਨਹੀਂ ਬਰਦਾਸ਼ਤ ਹੁੰਦਾ। ਹੰਕਾਰ ਹੈ, ਹੋਰ ਕੀ ਹੈ। ਦਿਨ ਦੇ ਦੋ ਸ਼ੋਅ ਫਿਲਮਾਂ ਦੇ ਵੇਖਣੇ ਨੇ, ਪੈਂਟਾਂ ਸ਼ਰਟਾਂ ਪਾ ਕੇ ਚੋਲਾ ਪਾ ਕੇ ਬਾਹਰ ਤੁਰਿਆ ਫਿਰਦਾ ਕੀਰਤਨਾਂ 'ਤੇ। ਡਬਲ ਪਰਸਨੈਲਿਟੀ ਬੰਦਾ ਹੈ, ਭਾਵੇਂ ਪੁੱਤਰ ਮੇਰਾ ਹੀ ਹੈ, ਪਰ ਮੈਂ ਤਾਂ ਇਹੋ ਜਿਹਾ ਨਹੀਂ ਬਣਾਇਆ। ਬਚਪਨ ਤੋਂ ਸਾਰੀ ਦੁਨੀਆਂ ਜਾਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਦਾਸ ਭਾਈ ਗੁਰਪ੍ਰੀਤ ਸਿੰਘ, ਅਤੇ ਆਪ ਜੀ ਜਾਣਦੇ ਹੋ ਕਿ ਕੱਲ੍ਹ ਤੋਂ ਇੱਕ ਦੋ ਵੀਡੀਓ ਜੋ ਸਾਡੇ ਮਾਤਾ ਜੀ ਦੀਆਂ ਵਾਇਰਲ ਹੋ ਰਹੀਆਂ ਨੇ, ਅਤੇ ਕਾਫੀ ਸੰਗਤ ਦੇ ਸਾਨੂੰ ਫੋਨ ਆ ਰਹੇ ਨੇ ਕਿ ਭਾਈ ਸਾਹਿਬ ਤੁਸੀਂ ਦੱਸੋ ਕਿ ਸੱਚਾਈ ਕੀ ਹੈ, ਵਿੱਚੋਂ ਕਿਹੜੀ ਗੱਲ ਹੈ। ਸੋ ਇਸੇ ਲਈ ਆਪ ਸਰਬੱਤ ਸੰਗਤ ਦੇ ਸਾਹਮਣੇ ਮੈਂ ਆਇਆ। ਜੇ ਮੈਂ ਇਕੱਲਾ ਆਉਂਦਾ ਤਾਂ ਸ਼ਾਇਦ ਆਪ ਸੰਗਤ ਨੇ ਕਹਿਣਾ ਸੀ ਮੈਂ ਸਿਰਫ ਆਪਣਾ ਪੱਖ ਰੱਖ ਰਿਹਾ। ਸੋ ਕੱਲ੍ਹ ਸਾਡਾ ਕੀਰਤਨ ਰੁਦਰਪੁਰ ਸੀ, ਤਕਰੀਬਨ 600-700 ਕਿਲੋਮੀਟਰ ਦੂਰ ਲੁਧਿਆਣੇ ਤੋਂ। ਸੋ ਰਾਤੋਂ ਰਾਤ ਰੁਦਰਪੁਰ ਤੋਂ ਚੱਲ ਕੇ ਲੁਧਿਆਣੇ ਆਇਆ, ਔਰ ਮੈਂ ਇਕੱਲਾ ਗੱਲ ਨਹੀਂ ਕਰ ਰਿਹਾ, ਇਸੇ ਲਈ ਨਾਲ ਮੇਰੇ ਮੰਮੀ ਦੇ ਵੱਡੇ ਭੈਣ ਜੀ, ਮੇਰੀਆਂ ਮਾਸੀਆਂ ਨੇ ਦੋਨੋਂ, ਹੁਣੇ ਮੰਮੀ ਦੇ ਨਾਲ ਦੀਆਂ ਜੰਮੀਆਂ ਨੇ, ਇਹ ਤੁਹਾਨੂੰ ਸਾਰੀ ਸੱਚਾਈ ਦੱਸਣਗੇ ਕਿ ਅਸਲ 'ਚ ਸੱਚਾਈ ਹੈ ਕੀ ਹੈ। ਬਾਕੀ ਜਿੱਥੇ ਮੇਰੀ ਲੋੜ ਪਏਗੀ ਮੈਂ ਵੀ ਨਾਲ ਨਾਲ ਚਾਨਣ ਪਾਈ ਜਾਵਾਂਗਾ। ਹਾਂਜੀ ਮਾਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਸੱਚਾਈ ਕੀ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ, ਪਰ ਕਮੈਂਟਸ ਬਹੁਤ ਲੋਕ ਪਾਈ ਜਾ ਰਹੇ ਨੇ। ਪਹਿਲੇ ਸੱਚਾਈ ਨੂੰ ਜਾਣੋ, ਫਿਰ ਬੋਲੋ। ਗੱਲ ਇਸ ਤਰ੍ਹਾਂ ਹੈ ਕਿ ਇਹ ਬੱਚਾ ਪਿਛਲੇ 25 ਸਾਲ ਤੋਂ ਆਪਣੀ ਮਾਂ ਨਾਲ ਕੰਮ ਕਰ ਰਿਹਾ, ਮਿਹਨਤ ਕਰ ਰਿਹਾ, ਪਾਠ ਕਰ ਰਿਹਾ, ਪ੍ਰਭਾਤ ਫੇਰੀਆਂ 'ਚ ਜਾਂਦਾ ਸੀ, ਨਗਰ ਕੀਰਤਨਾਂ 'ਚ ਸ਼ਬਦ ਬੋਲਦਾ ਸੀ, ਜੋ ਵੀ ਤਿਲ ਫੁੱਲ ਮਿਲਦਾ ਸੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ। ਉਸ ਤੋਂ ਬਾਅਦ ਇਹ ਪਾਠਾਂ ਦੀਆਂ ਵੱਡਾ ਹੋਇਆ ਅਤੇ ਪਾਠਾਂ ਦੀਆਂ ਵਾਰੀਆਂ ਲਾਉਣ ਲੱਗ ਗਿਆ। 7 ਸਾਲ ਤੋਂ, ਜਦੋਂ ਇਹ 7 ਸਾਲ ਦਾ ਸੀ ਤਦ ਹੀ ਇਸਨੇ ਇੱਕ ਗੁਰਦੁਆਰਾ ਸੰਭਾਲ ਲਿਆ ਸੀ, ਜਿਸ ਵਿੱਚ ਇਹ ਦੋਨੋਂ ਮਾਂ ਪੁੱਤਰ ਸੇਵਾ ਕਰ ਰਹੇ ਸਨ। ਇਹਨਾਂ ਦੇ ਪਿਤਾ ਜੀ ਕੰਮ ਬਹੁਤ ਘੱਟ ਕਰਦੇ ਸਨ, ਉਹ ਬਿਮਾਰ ਵੀ ਰਹਿੰਦੇ ਸੀ, ਪਰ ਦੋਨਾਂ ਮਾਂ ਪੁੱਤਰਾਂ ਨੇ ਬਹੁਤ ਸੇਵਾ ਕੀਤੀ। ਮੇਰੀ ਭੈਣ ਨੇ ਪਾਠਾਂ ਦੀਆਂ ਵਾਰੀਆਂ ਦਿੱਤੀਆਂ, ਹੌਲੀ ਹੌਲੀ ਪੈਸਾ ਜੋੜ ਕੇ ਇਹਨਾਂ ਕੋਲ ਪੈਸਾ ਹੋ ਗਿਆ। ਹੋ ਵੀ ਜਾਂਦਾ, ਸਭ ਕੋਲ ਹੁੰਦਾ, ਹਰ ਕੋਈ ਆਪਣਾ ਬਚਾਵ ਕਰਦਾ, ਪੂੰਜੀ ਜੋੜਦਾ। ਸੋ ਇਹਨਾਂ ਨੇ ਵੀ ਜੋੜਿਆ। ਮੇਰੀ ਭੈਣ ਨੂੰ ਪਤਾ ਨਹੀਂ ਕੀ ਲੱਤ ਲੱਗ ਗਈ ਕਿ ਮੇਰੀ ਭੈਣ ਕੁਛ ਪੈਸਾ ਵਿਆਹ 'ਚ ਦਿੱਤੇ ਦੇਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹ ਵਿਆਹ ਦਾ ਸਿਲਸਿਲਾ ਵੱਧਦਾ ਗਿਆ, ਬੱਚੇ ਦੀ ਕਮਾਈ ਵੀ ਵੱਧਦੀ ਗਈ, ਬੱਚਾ ਵੱਡੀਆਂ ਵੱਡੀਆਂ ਪਾਰਟੀਆਂ 'ਤੇ, ਵੱਡੀਆਂ ਵੱਡੀਆਂ ਸਟੇਜਾਂ 'ਤੇ ਕੀਰਤਨ ਕਰਨ ਲੱਗ ਗਿਆ, ਪੈਸੇ ਦੀ ਆਮਦਨ ਜ਼ਿਆਦਾ ਹੋ ਗਈ। ਸੋ ਬੱਚੇ ਰੁਕਦਾ ਰਿਹਾ ਵੀ ਮੰਮੀ ਇਹ ਕੰਮ ਨਾ ਕਰੋ, ਇਹ ਕੰਮ ਨਾ ਕਰੋ। ਕਈ ਵਾਰ ਘਰ 'ਚ ਜਨਾਨੀਆਂ ਆਉਂਦੀਆਂ ਸੀ, ਕਲੇਸ਼ ਵੀ ਪਾਉਂਦੀਆਂ ਸੀ, ਨੈਚੁਰਲੀ ਇਹ ਕਿ ਜਿਨ੍ਹਾਂ ਦੇ ਕੋਲ ਵਿਆਹ ਜ਼ਿਆਦਾ ਬਣ ਜਾਂਦੀ ਉਹ ਆ ਕੇ ਬੋਲਦੇ ਵੀ ਸੀ।
ਇਹ ਗੱਲ ਹੌਲੀ ਹੌਲੀ ਸਾਡੇ ਤੱਕ ਵੀ ਪਹੁੰਚੀ, ਅਸੀਂ ਵੀ ਰੋਕਿਆ, ਬਹੁਤ ਮਨਾ ਵੀ ਕੀਤਾ ਕਿ ਬੀਨੋ ਇਹ ਠੀਕ ਨਹੀਂ ਹੈ, ਤੂੰ ਰੁਕ ਜਾ। ਹੌਲੀ ਹੌਲੀ ਇਸ ਬੱਚੇ ਦਾ ਵਿਆਹ ਵੀ ਹੋ ਗਿਆ, ਵਿਆਹ ਤੋਂ ਬਾਅਦ ਘਰ 'ਚ ਨੂੰ ਆ ਜਾਂਦੀ ਹੈ, ਸੋ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਕੋਈ ਐਸਾ ਘਰ ਨਹੀਂ ਜਿਸ 'ਚ ਨੂੰ ਸਸਤੀ ਗੱਲ ਨਹੀਂ ਹੁੰਦੀ, ਕੋਈ ਵੀ ਦੁਨੀਆਂ 'ਤੇ ਜਿਤਨੇ ਰਾਜੇ ਮਹਾਰਾਜੇ ਦੇਖ ਲਓ ਸਭ ਦੇ ਘਰਾਂ ਵਿੱਚ ਹੁੰਦੀਆਂ ਨੇ, ਕਿਸੇ ਦੀ ਅੰਦਰ ਹੁੰਦੀ ਹੈ, ਕਿਸੇ ਦੀ ਬਾਹਰ ਹੋ ਜਾਂਦੀ ਹੈ। ਸੋ ਵਿਚਾਰੋ, ਤੁਸੀਂ ਵਿਚਾਰ ਕਰੋ ਇਸ ਗੱਲ 'ਤੇ ਕਿ ਇਹ ਬਾਹਰ ਆਈ ਗੱਲ, ਉਹ ਬੱਚਾ ਤਾਂ 1 ਸਾਲ ਤੋਂ ਕਹਿ ਰਿਹਾ ਕਿ ਮੰਮੀ ਤੁਸੀਂ ਘਰ ਚੱਲੋ, ਤੁਸੀਂ ਘਰ ਚੱਲੋ, ਸਾਨੂੰ ਵੀ ਫੋਨ ਕਰਦਾ, ਪਰ ਅਸੀਂ ਕਿਹਾ ਹੋਇਆ ਸੀ ਕਿ ਹੁਣ ਅਸੀਂ ਤੁਹਾਡੀ ਗੱਲ ਵਿੱਚ ਨਹੀਂ ਆਉਣਾ, ਪਰ ਅੱਜ ਦੀ ਵੀਡੀਓ ਦੇਖ ਕੇ ਸਾਨੂੰ ਫਿਰ ਵਾਪਸ ਆਉਣਾ ਪਿਆ। ਆਉਣਾ ਹੀ ਪੈਂਦਾ, ਭੈਣਾਂ ਭਰਾ ਹੀ ਇਹਨਾਂ ਕੰਮਾਂ 'ਤੇ ਆਉਂਦੇ ਨੇ, ਬਾਹਰਲਾ ਤਾਂ ਕੋਈ ਨਹੀਂ ਆਉਂਦਾ, ਬਾਹਰ ਸਭ ਤਮਾਸ਼ਾ ਦੇਖਦੇ ਨੇ, ਉਹ ਦੇਖ ਵੀ ਰਹੇ ਨੇ। ਸਤਸੰਗਤ ਜੀ, ਵਿਚਾਰੋ ਤੁਸੀਂ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਕੀਤੀ ਮਾਤਾ ਜੀ ਨੇ, ਮਾਤਾ ਨੇ ਸੋਚਿਆ ਨਹੀਂ ਹੋਣਾ ਕਿ ਇੰਨੀ ਵੱਡੀ ਗੱਲ ਹੋ ਜਾਏਗੀ। ਮੈਂ ਇਹ ਕਹਿੰਦੀ ਹਾਂ ਕਿ ਬੱਚਿਆਂ ਨੂੰ ਕਦੀ ਵੀ ਆਪਾਂ ਅੱਛੇ ਚੱਲਣਾ ਸਿਖਾਉਂਦੇ ਹਾਂ, ਮਾੜਾ ਚੱਲਣਾ ਨਹੀਂ ਸਿਖਾਉਂਦੇ, ਜੋ ਖੁਦ ਹੀ ਮਾੜਾ ਹੋ ਜਾਂਗੇ ਤਾਂ ਚੰਗੇ ਕਿੱਥੋਂ ਆਵਾਂਗੇ। ਸੋ ਨਾਲੇ ਬਿਨੋ, ਤੂੰ ਕਮਰਾ ਲੈ ਕੇ ਕੀ ਕਰਨਾ, ਇੰਨਾ ਸੋਹਣਾ ਘਰ ਹੈਗਾ, ਚੱਲ ਕੇ ਆਪਣੇ ਬੱਚਿਆਂ ਨਾਲ ਰਹਿ, ਬੱਚੇ ਪੁੱਤਰ ਕਬੂਤਰ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਚੱਲ ਬਿਨੋ, ਚੁੱਪ ਕਰਕੇ ਤੂੰ ਆਪਣੇ ਘਰ ਆ, ਉਹ ਤੇ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹੈ। ਤੇਰਾ ਫੋਨ ਬੰਦ ਹੈ। ਅਸੀਂ ਗੁਰੂ ਪਿਆਰਿਓ, ਅਸੀਂ 1 ਸਾਲ ਹੋ ਗਿਆ ਮਾਤਾ ਜੀ ਨੂੰ ਕਹਿ ਰਹੇ ਹਾਂ ਕਿ ਆਪਣੇ ਘਰ ਚੱਲੋ, ਅਸੀਂ ਚੰਡੀਗੜ੍ਹ ਸ਼ਿਫਟ ਹੋਏ ਹਾਂ 1 ਸਾਲ ਤੋਂ। ਮਾਸੀ ਹੋਰੀ ਕਹਿ ਰਹੇ ਨੇ, ਹੋਰ ਬਾਕੀ ਰਿਸ਼ਤੇਦਾਰ ਆਖ ਰਹੇ ਨੇ ਕਿ ਤੁਸੀਂ ਆਪਣੇ ਘਰ ਚੱਲੋ, ਉਹ ਆਪਣੇ ਘਰ ਨਹੀਂ ਜਾ ਰਹੇ। ਇੱਥੇ ਜਿਹੜਾ ਕਮਰਾ ਮੰਗ ਰਹੇ, ਮੈਂ ਸੰਗਤ ਨਾਲ ਸ਼ੇਅਰ ਕਰਨਾ ਚਾਹਾਂ, ਲਾਸਟ ਇੱਕ ਹੁਣੇ ਵੀਡੀਓ ਮਾਤਾ ਜੀ ਨੇ ਪਾਈ ਹੈ, ਜਿਹੜੇ ਬੰਦੇ ਦਾ ਨੰਬਰ ਦੇ ਰਹੇ, ਮਨਮੋਹਨ ਸਿੰਘ ਜਿਹੜਾ GDS ਸਕੂਲ ਵਾਲਾ, ਇਹ ਬੰਦਾ ਹੈ, ਇਹ ਬੰਦਾ ਗੁਰੂ ਪਿਆਰਿਓ ਜਿਹੜਾ ਲੁਧਿਆਣੇ ਸਾਡਾ ਘਰ, ਕਾਫੀ ਸੰਗਤ ਜਾਣਦੀ ਜਿੱਥੇ ਖਾਲਸਾ ਵਿਰਾਸਤ ਸਟੂਡੀਓ ਵੀ ਬਣਿਆ ਸੀ, ਉੱਥੇ ਸਾਡਾ ਪੂਰਾ ਘਰ ਜਿਹੜਾ 2 ਘਰ ਹੈਗੇ, ਇਹ ਬੰਦਾ ਉਸ 'ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ। ਅਤੇ ਪਹਿਲਾਂ ਇਹਨੇ ਸਾਨੂੰ ਅਨਸੈਸਰੀ ਪੁੱਠੀਆਂ ਸਿੱਧੀਆਂ ਧਮਕੀਆਂ ਦਿੱਤੀਆਂ, ਕਾਫੀ ਹਰਾਸ ਕੀਤਾ, ਹਰਾਸ ਕਰਨ ਤੋਂ ਬਾਅਦ ਇਸ ਬੰਦੇ ਨੇ ਬਕਾਇਦਾ ਸਾਡੇ ਉੱਪਰ ਸਿਵਲ ਦੇ ਵਿੱਚ ਝੂਠਾ ਕੇਸ ਪਾਇਆ ਹੋਇਆ ਕਿ ਸਾਡੀ ਬਿਲਡਿੰਗ ਨੂੰ ਕਿਸੇ ਵੀ ਵੇਲੇ ਢਾ ਦੇਗਾ, ਢਾਣ ਦੇ ਇਹ ਰਾਈਟ ਮੰਗਦਾ ਪਿਆ। ਹੁਣ ਤੁਸੀਂ ਇਹ ਸੋਚੋ ਕਿ ਮੇਰੀ ਮਾਂ ਹੈ, ਇੱਕ ਬੰਦਾ ਨਾਲ ਬੈਠਾ ਹੈ ਜਿਹੜਾ ਧਮਕੀ ਦੇ ਕੇ ਸਾਡੇ ਘਰ ਨੂੰ ਢਾਣ ਨੂੰ ਫਿਰਦਾ ਪਿਆ, ਮਾਤਾ ਜੀ ਕਹਿੰਦੇ ਮੈਂ ਉੱਥੇ ਜਾ ਕੇ ਕਮਰਾ ਲੈ ਕੇ ਰਹਿਣਾ, ਤੇ ਅੱਜ ਉਸੇ ਬੰਦੇ ਨੂੰ ਮੈਂ ਆਪਣੀ ਮਾਂ ਨੂੰ ਵੀ ਕਹਿਣਾ ਚਾਹਾਂਗੇ, ਚੰਗੀਆਂ ਗੱਲਾਂ ਨਹੀਂ ਹੈ, ਇੱਕ ਬੰਦਾ ਤੁਹਾਡੇ ਪੁੱਤਰ ਦੀ, ਤੁਹਾਡੀ ਆਪਣੀ ਜ਼ਿੰਦਗੀ ਭਰ ਦੀ ਕਮਾਈ ਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ, ਤੇ ਤੁਸੀਂ ਅੱਜ ਉਸੇ ਬੰਦੇ ਦੇ ਨਾਲ ਖੜੇ ਹੋ, ਤੁਹਾਡਾ ਯੂਜ਼ ਕਰ ਰਿਹਾ। ਅਗਰ ਦੇਖੋ ਨਾ, ਅਗਰ ਉਹ ਬੰਦਾ ਤੁਹਾਡੇ ਹੱਕ ਦੇ ਵਿੱਚ ਹੋਵੇ, ਤੁਸੀਂ ਕਹਿ ਰਹੇ ਹੋ ਕਿ ਮਨਮੋਹਨ ਸਿੰਘ ਜੀ ਮੇਰੀ ਹੈਲਪ ਕਰ ਰਿਹਾ, ਤੁਸੀਂ ਸੰਗਤ ਤੋਂ ਹੈਲਪ ਮੰਨੀ, ਉਸ ਤੋਂ ਬਾਅਦ ਤੁਹਾਡਾ ਫੋਨ ਕਿਉਂ ਆਫ ਕਰ ਦਿੰਦਾ? ਸਾਰੀ ਸੰਗਤ ਮਾਤਾ ਜੀ ਨੂੰ ਲੱਭ ਰਹੀ, ਮਾਤਾ ਜੀ ਹੈ ਕਿੱਥੇ ਨੇ? ਸਮਝ ਨਹੀਂ ਆਉਂਦੀ ਕਿ ਮਾਤਾ ਜੀ ਹੈ ਕਿੱਥੇ ਨੇ, ਅਸੀਂ ਤੇ ਬੁਲਾ ਰਹੇ ਹਾਂ ਬਾਰ ਬਾਰ। ਬਿਨੋ, ਤੈਨੂੰ ਸਾਹਮਣੇ ਆਉਣਾ ਚਾਹੀਦਾ ਸਾਰਿਆਂ ਦੇ, ਕੱਲ ਦੀ ਤੂੰ ਵੀਡੀਓ ਬਣਾ ਕੇ, ਉਸ ਤੋਂ ਬਾਅਦ ਤੂੰ ਪਤਾ ਹੀ ਨਹੀਂ ਕਿੱਥੇ ਅਲੋਪ ਹੋ ਗਈ ਹੈ, ਸਾਹਮਣੇ ਆ ਤੂੰ, ਅਸੀਂ ਫੋਨ ਤੇ ਸਾਡੇ ਨਾਲ ਗੱਲ ਕਰ, ਅਸੀਂ ਤਾਰੀ ਦੇ ਘਰ ਆ ਜਾ, ਅਸੀਂ ਉੱਥੇ ਬਹਿ ਕੇ ਸਾਰੇ ਗੱਲ ਕਰ ਲੈਂਦੇ ਹਾਂ। ਤੇ ਇਹ ਜਿਹੜਾ ਬੰਦਾ ਮਨਮੋਹਨ ਸਿੰਘ ਜਿਹੜਾ ਬੰਦਾ ਗੁਰੂ ਪਿਆਰਿਓ, ਆਪ ਸੰਗਤ ਦੇ ਵਿੱਚ ਬਹੁਤ ਸਾਰੇ ਐਸੇ ਨੇ ਬਿਨਾਂ ਸੋਚੇ ਸਮਝੇ ਕਮੈਂਟ ਕਰ ਰਹੇ ਨੇ, ਬਿਨਾਂ ਸੋਚੇ ਸਮਝੇ ਸ਼ੇਅਰ ਕਰ ਰਹੇ ਨੇ। ਜਿਹਨੇ ਦੇਖਣਾ ਹੈ ਨਾ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਥੇ ਆ ਕੇ ਸਾਡੇ ਬੰਦਿਆਂ ਤੋਂ ਪੁੱਛੋ, ਮਹੱਲੇ ਦੇ ਵਿੱਚੋਂ ਪੁੱਛੋ ਕਿ ਮਨਮੋਹਨ ਸਿੰਘ ਕੀ ਹੈ, ਉਹਨੇ ਕੀ ਕੀਤਾ, ਸੱਚਾਈ ਪਤਾ ਲੱਗ ਜਾਏਗੀ। ਸਾਡੇ ਲੋਕਲ ਥਾਣੇ 'ਚੋਂ ਪੁੱਛੋ, ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉੱਥੋਂ ਪੁੱਛੋ, ਇਵਨ ਪੁਲਿਸ ਤੱਕ ਨੇ ਮਨਮੋਹਨ ਸਿੰਘ ਦੀ ਕੰਪਲੇਂਟ ਨਹੀਂ ਕੀਤੀ, ਇਹਨੇ ਕੇਸ 'ਚ ਇਹ ਵੀ ਲਿਖਿਆ ਕਿ ਪੁਲਿਸ ਮੇਰੀ ਹੈਲਪ ਨਹੀਂ ਕਰ ਰਹੀ ਝੂਠੇ ਕੇਸ ਦੇ ਵਿੱਚ। ਬਕਾਇਦਾ ਪੁਲਿਸ ਨੇ ਕਿਹਾ, ਇਹਨੂੰ ਆ ਕੇ ਧਮਕੀ ਦਿੱਤੀ ਹੈ, ਪੁਲਿਸ ਨੇ ਆ ਕੇ ਹੜਕਾਇਆ ਇਸ ਬੰਦੇ ਨੂੰ, ਇਹ ਬੰਦਾ ਇੰਨਾ ਝੂਠਾ ਬੰਦਾ। ਇਹ ਮਨਮੋਹਨ ਸਿੰਘ ਨੇ ਪਤਾ ਨਹੀਂ ਕੀ ਕਹਿ ਕੇ ਕਿਸ ਤਰ੍ਹਾਂ ਮੇਰੀ ਮਾਂ ਨੂੰ ਹੱਥਾਂ 'ਤੇ ਪਾਇਆ ਹੋਇਆ, ਔਰ ਸਮਝ ਨਹੀਂ ਆ ਰਹੀ ਜੇ ਸੱਚ ਜਾਣੇ ਹੋ ਤਾਂ, ਮਾਂ ਮੇਰੀ ਇਸ ਤਰ੍ਹਾਂ ਹੈ ਨਹੀਂ ਸੀ, ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਮੇਰੀ ਮਾਤਾ ਵੱਲੋਂ ਇਹ ਕਦਮ ਚੁੱਕਿਆ ਜਾਏਗਾ, ਬਿਲਕੁਲ ਉਮੀਦ ਨਹੀਂ ਸੀ।
ਕਿਉਂਕਿ ਮੇਰੀ ਭੈਣ ਦੇ ਘਰ ਮਾਤਾ ਰਹਿ ਰਹੀ ਹੈ, ਬੜੇ ਸੋਹਣੇ ਤਰੀਕੇ ਨਾਲ ਰਹਿ ਰਹੀ ਹੈ। ਅਸੀਂ ਬਾਰ ਬਾਰ ਕਹਿ ਰਹੇ ਹਾਂ ਸਾਰੇ ਕਿ ਘਰ ਚਲੋ, ਨਹੀਂ ਜਾ ਰਹੇ ਸੀ, ਪਰ ਇਹ ਜਿਹੜਾ ਕਦਮ ਚੁੱਕਿਆ ਉਹ ਉਹਨਾਂ ਨੇ ਆਪ ਨਹੀਂ ਚੁੱਕਿਆ, ਉਹਨਾਂ ਕੋਲੋਂ ਚੁਕਵਾਇਆ ਗਿਆ ਔਰ ਬਰਗਲਾ ਕੇ ਚੁਕਵਾਇਆ ਗਿਆ। ਔਰ ਉਹ ਬੰਦਾ ਆਪਣਾ ਉੱਲੂ ਸਿੱਧਾ ਕਰ ਰਿਹਾ, ਉਹ ਉਹਦਾ ਇੱਕੋ ਹੀ ਮੰਤਵ ਹੈ, ਮੇਰੀ ਪ੍ਰੋਪਰਟੀ ਨੂੰ ਹੜਪਣਾ, ਜਿੱਥੇ ਖਾਲਸਾ ਵਿਰਾਸਤ ਸਟੂਡੀਓ ਸੀ। ਔਰ ਮੈਂ ਬੇਨਤੀ ਕਰਾਂ, ਇਹ ਉੱਥੇ ਕਮਰਾ ਲੈਣ ਦੀ ਗੱਲ ਨੂੰ ਜਿਹੜਾ ਤੂਲ ਦਿੱਤੀ ਜਾ ਰਹੀ ਹੈ, ਉੱਥੇ ਕਮਰਾ ਲੈ ਕੇ ਹੋਏਗਾ ਕੀ? ਇਹ ਮਾਸੀ ਜੀ ਨੇ ਹੁਣੇ ਗੱਲ ਕੀਤੀ ਕਿ ਮੈਂ ਬਰਖਿਲਾਫ ਸੀ ਇਹ ਵਿਆਜਾਂ ਤੇ ਪੈਸੇ ਦੇਣ ਤੋਂ, ਤੇ ਮੈਨੂੰ ਪਤਾ ਕਿੰਝ ਲੱਗਿਆ ਜਦੋਂ ਆਪ ਸੰਗਤ ਨੂੰ ਪਤਾ 2-2 ਮਹੀਨੇ ਕੀਰਤਨ ਤੇ ਰਹੀਦਾ ਬਾਹਰ ਆਪ ਸੰਗਤ ਦੀ ਸੇਵਾ ਦੇ ਵਿੱਚ, ਜਦੋਂ ਘਰ ਆਇਆ ਤੇ 2-4 ਵਾਰ ਹੋਇਆ, ਕਈ ਜਨਾਨੀਆਂ ਸਾਡੇ ਘਰੇ ਰੋਂਦੀਆਂ ਹੋਈਆਂ ਆਈਆਂ, ਕਈ ਭਈਏ ਗਰੀਬ ਵਿਚਾਰਾ, ਜਿੱਥੇ ਅਸੀਂ ਰਹਿੰਦੇ ਸੀ ਉਹ ਬਹੁਤ ਜ਼ਿਆਦਾ ਗਰੀਬ ਏਰੀਆ, ਭਈਏ ਸਾਰੇ ਰਹਿੰਦੇ ਸੀ, ਭਈਏ ਆ ਕੇ ਰੋ ਰਹੇ ਨੇ ਕਿ ਸਾਡੇ ਸੋਨੇ ਦੀਆਂ ਚੈਨੀਆਂ, ਸਾਡੀਆਂ ਮੁੰਦਰੀਆਂ, ਹੈ ਨਾ, ਸਾਡਾ ਅਸਮਾਨ ਦੱਬ ਲਿਆ, ਸਾਨੂੰ ਵਾਪਸ ਲੈ ਕੇ ਦਿਓ। ਗੁਰੂ ਪਿਆਰਿਓ, ਕੋਈ ਹੱਦ ਹੁੰਦੀ ਹੈ? 15-15, 20-20% ਗਰੀਬ ਲੋਕਾਂ ਤੋਂ ਵਿਆਜ ਲਿਆ ਜਾ ਰਿਹਾ। ਸੁਸਤੀ ਤੁਸੀਂ ਆਪ ਸੋਚੋ, 15-15, 20-20% ਵਿਆਜ ਵਾਲਾ ਬੰਦਾ ਜਿਹੜਾ, ਉਹ ਵਿਚਾਰਾ ਕਿੱਥੋਂ ਪੈਸਾ ਮੋੜੇਗਾ? ਕਿੱਥੇ ਅਸੀਂ ਗਰੀਬ ਦੀ ਹਾਲ ਆਵਾਂਗੇ? ਮੈਂ ਇਸ ਗੱਲ ਤੋਂ ਮਨਾ ਕਰ ਰਿਹਾ। ਔਰ ਇਹ ਗੱਲ ਤੁਸੀਂ ਸਾਡੇ ਮਹੱਲੇ 'ਚ ਆ ਕੇ ਕਨਫਰਮ ਕਰ ਸਕਦੇ ਹੋ, ਔਰ ਇਹ ਮਨਮੋਹਨ ਸਿੰਘ ਦੀਆਂ ਜਿੰਨੀ ਵੀ ਗੱਲਬਾਤ ਹੈ ਤੁਸੀਂ ਸਾਡੇ ਲੋਕਲ ਪੁਲਿਸ ਥਾਣੇ 'ਚੋਂ ਆ ਕੇ ਕਨਫਰਮ ਕਰ ਸਕਦੇ ਹੋ। ਪੁਲਿਸ ਥਾਣੇ ਦੇ ਨੇ ਉਦੋਂ ਬਕਾਇਦਾ ਲਿਖਿਆ ਹੋਇਆ ਕਿ ਮਨਮੋਹਨ ਸਿੰਘ ਕੋਈ ਇਸ ਤਰ੍ਹਾਂ ਦੀ ਕਰਤੂਤ ਨਹੀਂ ਕਰ ਸਕਦਾ, ਆ ਕੇ ਪਤਾ ਤੇ ਕਰੋ। ਆਪ ਜੀ ਬਿਨਾਂ ਸੋਚੇ ਸਮਝੇ ਆਪਣੀ ਜਜਮੈਂਟ ਨਾ ਦਿਓ। ਗੁਰੂ ਪਿਆਰਿਓ, ਆਪ ਜੀ ਨੇ ਨਿਵਾਜਿਆ ਗੁਰੂ ਘਰ ਦਾ, ਕੀਰਤਨੀਆਂ ਹੋਣ ਦਾ, ਔਰ ਪਤਾ ਨਹੀਂ ਬਾਬਾ ਜੀ ਸੇਵਾ ਲੈਂਦੇ ਆ ਕਿਤਨੀਆਂ ਗਰੀਬ ਬੱਚੀਆਂ, ਕਿਤਨੇ ਗਰੀਬ ਪਰਿਵਾਰ, ਕਿਤਨੇ ਗਰੀਬ ਕੀਰਤਨੀਏ, ਜ਼ਿੰਦਗੀ ਭਰ ਦੀ ਕਮਾਈ ਗਰੀਬ ਕੀਰਤਨੀਆਂ ਤੇ ਲਾਈ, ਹਰ ਕੀਰਤਨੀਆਂ ਜਾਣਦਾ, ਤੇ ਆਪਣੇ ਮਾਂ ਪਿਓ ਨੂੰ ਨਹੀਂ ਸੰਭਾਲਾਂਗੇ ਅਸੀਂ? ਇਹ ਤੇ ਬਿਲਕੁਲ ਸੋਚੋ ਸਮਝੋ। ਔਰ ਮੈਂ ਇੱਕ ਬੇਨਤੀ ਹੋਰ ਕਰਾਂ, ਉਹ ਬੰਦਾ ਬਰਗਲਾ ਕੇ ਕਹਿ ਰਿਹਾ, ਮੈਂ ਹੁਣੇ ਵੀਡੀਓ ਪੋਸਟ ਕਰਾਂਗਾ ਮਾਤਾ ਜੀ ਦੀਆਂ, ਉਹ ਟਿਕਟੋਕ ਦੇ ਉੱਤੇ ਬਣਾਈਆਂ ਹੋਈਆਂ। ਹੁਣ ਤੁਸੀਂ ਆ ਵੀਡੀਓ ਜਿਹੜੀ ਮਾਤਾ ਜੀ ਨੇ ਪੋਸਟ ਕੀਤੀ ਹੈ ਉੱਤੋਂ ਸ੍ਰੀ ਸਾਹਿਬ ਪਾਈ ਹੋਈ ਹੈ, ਠੀਕ ਹੈ ਨਾ, ਲੇਕਿਨ ਤੁਸੀਂ ਉਹ ਵੀਡੀਓ 'ਚ ਦੇਖੋ ਉਸ 'ਚ ਸ੍ਰੀ ਸਾਹਿਬ ਕਿੱਥੇ ਹੈ, ਤੇ ਆਹ ਜਿਹੜੀ ਸ੍ਰੀ ਸਾਹਿਬ ਪਾਈ ਹੈ ਧਿਆਨ ਨਾਲ ਦੇਖੋ, ਇੱਦਾਂ ਲੱਗਦਾ ਜਿੱਦਾਂ ਉੱਦਾਂ ਹੀ ਸਿਰ ਦੇ ਵਿੱਚ ਪਾ ਕੇ ਰੱਖੀ ਹੋਵੇ, ਸਾਫ਼ ਦੇਖੋ ਸ੍ਰੀ ਸਾਹਿਬ। ਔਰ ਉਸ ਤੋਂ ਬਾਅਦ ਜਦੋਂ ਉਹ ਗੁਰੂ ਘਰ ਦੇ ਵੀਡੀਓ ਦੇ ਵਿੱਚ ਪ੍ਰਬੰਧਕ ਔਰ ਗ੍ਰੰਥੀ ਸਿੰਘ ਆ ਰਹੇ ਹੈ, ਵੀਡੀਓ ਬੰਦ ਕਰਕੇ ਮਾਤਾ ਜੀ ਗਾਇਬ, ਉਹ ਬੰਦਾ ਲੈ ਕੇ ਗਾਇਬ ਹੋ ਗਿਆ। ਉਸ ਤੋਂ ਬਾਅਦ ਅੱਜ ਤੱਕ ਅਸੀਂ ਮਾਤਾ ਜੀ ਦੀ ਮਿਸਿੰਗ ਦੀ ਰਿਪੋਰਟ ਲਿਖਾਉਣ ਲੱਗੀਆਂ ਤੇ ਇੱਕਦਮ ਮਾਤਾ ਜੀ ਫਿਰ ਅਪੀਅਰ ਹੋ ਗਏ। ਮਾਤਾ ਜੀ ਹੈ ਕਿੱਥੇ ਨੇ? ਉਹ ਬੰਦਾ ਕਿੱਥੇ ਮਾਤਾ ਜੀ ਨੂੰ ਲਈ ਫਿਰਦਾ? ਮੇਰੀ ਮਾਂ ਹੈ, ਔਰ ਸੱਚ ਜਾਣਿਓ ਜਿੱਥੇ ਕਮਰਾ ਮੰਗ ਰਿਹਾ ਉਹ ਬੰਦੇ ਨੇ ਬਿਲਡਿੰਗ ਢਾਣ ਦੀ ਧਮਕੀ ਦਿੱਤੀ ਹੈ, ਤੇ ਰੱਬ ਨਾ ਕਰੇ ਮੇਰੀ ਮਾਂ ਉੱਥੇ ਬਜ਼ੁਰਗ 70 ਸਾਲ ਦੀ ਇਕੱਲੀ ਉੱਥੇ ਪਈ ਹੋਵੇ ਤੇ ਉਹ ਬਿਲਡਿੰਗ ਢਾ ਕੇ ਕੁਝ ਪੁੱਠਾ ਸਿੱਧਾ ਕਰਦੇ, ਕੌਣ ਜ਼ਿੰਮੇਵਾਰ ਹੈ? ਮਾਤਾ ਜੀ ਨੇ ਕਿੰਨੇ ਗਰੀਬ ਭਈਆਂ ਤੋਂ ਵਿਆਜਾਂ ਖਾ ਖਾ ਕੇ, ਕਿੰਨਿਆਂ ਦਾ ਸੋਨਾ ਦੱਬਿਆ ਹੋਇਆ, ਕਿੰਨਿਆਂ ਦੇ ਪੇਪਰ ਦੱਬੇ ਹੋਏ ਨੇ, ਕਿੰਨਿਆਂ ਦੀਆਂ ਕਮੇਟੀਆਂ ਦੱਬ ਕੇ ਖਾਧੀਆਂ ਹੋਈਆਂ, ਗਰੀਬਾਂ ਦੀਆਂ ਹਾਵਾਂ ਲਈਆਂ, ਭਈਆਂ ਦਾ ਏਰੀਆ ਉੱਤੇ ਕੋਈ ਸਰਦਾਰਾਂ ਦਾ ਘਰ ਹੀ ਨਹੀਂ। ਐਸੇ ਦੁੱਖੋਂ ਤੇ ਅਸੀਂ ਲੁਧਿਆਣਾ ਛੱਡ ਕੇ ਚੰਡੀਗੜ੍ਹ ਗਏ ਹਾਂ ਕਿ ਟੋਟਲ ਭਈਆ ਰਹਿੰਦੇ ਸੀ। ਸਾਰੀ ਸੰਗਤ ਨੂੰ ਪਤਾ ਜਿਹੜਾ ਜਿਹੜਾ ਸਾਡੇ ਘਰ ਆਇਆ ਕਿ ਭਈਆ ਹੀ ਭਈਏ ਰਹਿੰਦੇ ਸੀ, 2-3 ਲੱਖ ਭਈਆ ਰਹਿੰਦਾ, ਤੇ ਅੱਧੀ ਰਾਤ ਨੂੰ ਇਕੱਲੀ ਬੁੱਢੀ ਜਨਾਨੀ ਨੂੰ ਜੇ ਕੋਈ ਆ ਕੇ ਮਾਰ ਗਿਆ ਵਿਆਜਾਂ ਵਾਸਤੇ, ਇੰਨਾ ਪੈਸਾ ਮਾਤਾ ਨੇ ਕੋਲ ਰੱਖਿਆ ਹੋਇਆ, ਹੁਣ ਕੌਣ ਸਮਝਾਵੇ? ਗੁਰੂ ਪਿਆਰਿਓ, ਮੈਨੂੰ ਤੇ ਫਿਕਰ ਹੈ ਨਾ ਆਪਣੀ ਮਾਂ ਦੀ ਕਿ ਅੱਧੀ ਰਾਤੀ ਕੋਈ ਆ ਕੇ ਮਾਂ ਨੂੰ ਵੱਢ ਨਾ ਜਾਵੇ, ਮਾਂ ਨੂੰ ਮਾਰ ਨਾ ਜਾਵੇ, ਐਡੇ ਵੱਡੇ ਘਰ ਚੋਂ ਇਕੱਲੀ ਕਿੱਥੋਂ ਰਹੇਗੀ? ਨਾਲ ਵਾਲੇ ਨੇ ਧਮਕੀ ਦਿੱਤੀ ਬਿਲਡਿੰਗ ਢਾਣ ਦੀ, ਭਈਏ ਜਿਹੜੇ ਨੇ ਉਹ ਆਪਣਾ ਸੋਨਾ ਚੱਕਣ ਨੂੰ ਉੱਥੇ ਤੁਰੇ ਫਿਰਦੇ, ਦੱਸੋ ਉੱਥੇ ਮਾਂ ਸੇਫ ਹੈ ਮੇਰੀ? ਵੀਨੋ, ਬਹੁਤ ਸ਼ਰਮਿੰਦਗੀ ਹੈ, ਕੁਛ ਵੀ ਹੋ ਜੇ ਅੱਜ ਤੇਰੀ ਇਸ ਹਰਕਤ ਤੋਂ, ਜਿਹੜੇ ਸੱਚਮੁੱਚ ਦੇ ਹੀ ਦੁਖੀ ਨੇ, ਹੈ ਉਹ ਖੁਦ ਪਰੇਸ਼ਾਨ। ਤੂੰ ਚੁੱਪ ਕਰਕੇ ਘਰ ਆ ਕੇ ਬੈਠ ਕੇ ਗੱਲਬਾਤ ਕਰੀਏ, ਬਹੁਤ ਸ਼ਰਮ ਦੀ ਗੱਲ ਹੈ। ਕੁੜਮਾ ਸ਼ਰੀਕਾਂ ਵਿੱਚ ਸਭ ਪਾਸੇ ਕਿੱਥੋਂ ਕਿੱਥੋਂ ਫੋਨ ਆ ਰਹੇ ਨੇ, ਤੈਨੂੰ ਸਾਰੀ ਸਮਝ ਹੈ। ਮੈਂ ਇਹੀ ਕਹਾਂਗੀ ਕਿ ਜਿੱਥੇ ਤੱਕ ਹੋ ਸਕੇ ਜਲਦੀ ਤੋਂ ਜਲਦੀ ਤੂੰ ਸਾਡੇ ਕੋਲ ਆ, ਅਸੀਂ ਬੈਠ ਕੇ ਗੱਲਬਾਤ ਕਰੀਏ। ਤੂੰ ਆਪਣੇ ਘਰ ਆ ਕੇ ਆਪਣੇ ਬੱਚਿਆਂ ਨਾਲ ਰਹਿ,
ਤੈਨੂੰ ਅੱਗੇ ਵੀ ਕਿਹਾ ਕਿ ਪੁੱਤਰ ਕਬੂਤਰ ਹੁੰਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਜੇ ਪਿਛਲੀ ਜ਼ਿੰਦਗੀ, ਸ਼ੁਰੂ ਦੀ ਜ਼ਿੰਦਗੀ, ਜਵਾਨੀ ਦੀ ਲੰਘ ਗਈ, ਅਸੀਂ ਕੁਛ ਨਹੀਂ ਕੀਤਾ, ਤੇ ਹੁਣ ਵੀ ਬੇਟਾ ਸਾਨੂੰ ਇਹ ਕਰਨਾ ਚੰਗਾ ਨਹੀਂ ਲੱਗਦਾ। ਹੁਣ ਤੇ ਕੋਲ ਕੁਛ ਰੱਖਣਾ ਵੀ ਨਹੀਂ ਚਾਹੀਦਾ, ਤੇ ਤੂੰ ਕੁਛ ਵੀ ਇਹ ਮੇਰੀ ਹੱਥ ਜੋੜ ਕੇ ਤੈਨੂੰ ਬੇਨਤੀ ਹੈ, ਤੂੰ ਘਰ ਆ। ਅਸੀਂ ਇੱਧਰ ਤਾਰੀਵਾਲ ਬਹਿ ਜਾਂਦੇ, ਤੂੰ ਜਿੱਥੇ ਕਵੇਂ ਅਸੀਂ ਉੱਥੇ ਬੈਠ ਕੇ ਗੱਲ ਕਰ ਲਾਂਗੇ। ਤੂੰ ਘਰ ਆ, ਘਰ ਆ ਕੇ ਅਸੀਂ ਗੱਲਬਾਤ ਕਰਕੇ, ਤੂੰ ਆਪਣੇ ਘਰ ਆਪਣੇ ਬੱਚਿਆਂ ਕੋਲ ਜਾ। ਔਰ ਮੈਂ ਬੇਨਤੀ ਕਰਾਂ ਗੁਰੂ ਪਿਆਰਿਓ, ਕਿਸੇ ਨੇ ਮਾਤਾ ਜੀ ਨੂੰ ਨਾ ਤਾਂ ਘਰੋਂ ਭੇਜਿਆ, ਨਾ ਘਰ ਆਉਣ ਤੋਂ ਰੋਕਿਆ, ਬਕਾਇਦਾ ਆ ਕੇ ਚੰਡੀਗੜ੍ਹ ਦੇਖੋ, ਅੱਧੀ ਤੋਂ ਜ਼ਿਆਦਾ ਸੰਗਤ ਨੂੰ ਪਤਾ ਮਾਤਾ ਜੀ ਦਾ ਕਮਰਾ ਉੱਥੇ ਬਣਾਇਆ, ਇਹ ਆਪਣੇ ਘਰ ਆਉਂਦੇ ਹੀ ਨਹੀਂ। ਮੇਰੀ ਬੇਨਤੀ ਸਾਰੀ ਸੰਗਤ ਨੂੰ ਕਿ ਮੈਂ ਪਿਛਲੇ ਇੱਕ ਸਾਲ ਤੋਂ ਜਿਹੜਾ ਵੀ ਮੇਰੇ ਨਾਲ ਮੇਰੇ ਮਾਤਾ ਜੀ ਬਾਰੇ ਗੱਲ ਕਰਦਾ, ਮੈਂ ਇੱਕੋ ਗੱਲ ਉਹਨੂੰ ਆਖਦਾ ਕਿ ਮਾਤਾ ਜੀ ਨੂੰ ਤੁਸੀਂ ਸਮਝਾ ਲਓ ਤੇ ਘਰ ਲੈ ਆਓ, ਉਹ ਆਪ ਘਰ ਆਉਣਾ ਨਹੀਂ ਚਾਹੁੰਦੇ। ਸਾਰੀ ਸੰਗਤ ਨੂੰ ਬੇਨਤੀ ਹੈ, ਆਪ ਕਹਿ ਰਹੇ ਹੋ ਕਿ ਆਪ ਜੀ ਮਾਤਾ ਜੀ ਨੂੰ ਲੈ ਜਾਓਗੇ, ਉਹਨਾਂ ਨੂੰ ਸ਼ੈਲਟਰ ਦਿਓਗੇ, ਉਹਨਾਂ ਨੂੰ ਰੋਟੀ ਪਾਣੀ, ਕੋਈ ਘਾਟ ਨਹੀਂ ਹੈ, ਨਾ ਰੋਟੀ ਪਾਣੀ ਦੀ, ਨਾ ਘਰ ਦੀ, ਨਾ ਕਿਸੇ ਨੇ ਰੋਕਿਆ। ਉਹ ਆਪਣੇ ਘਰੋਂ ਨਸੇ ਹੋਏ ਨੇ ਤੇ ਉਹਨਾਂ ਨੂੰ ਆਪ ਇੱਦਾਂ ਦੇ ਹੈ ਨਹੀਂ, ਵਰਗਲਾਇਆ ਉਹਨਾਂ ਨੂੰ ਮੇਰੀ ਪ੍ਰੋਪਰਟੀ ਹੜਪਣ ਵਾਸਤੇ, ਆ ਦੋ ਚਾਰ ਬੰਦਿਆਂ ਨੇ ਵਰਗਲਾਇਆ ਹੋਇਆ, ਮੇਰੇ ਨਾਲ ਮਨਮੋਹਨ ਸਿੰਘ ਹੈ ਜਿਹਦਾ ਉਹ ਨੰਬਰ ਦਿੰਦੇ ਪਏ, ਠੀਕ ਹੈ ਨਾ। ਤੇ ਤੁਸੀਂ ਜਿਹਨੂੰ ਵੀ ਮਾਤਾ ਜੀ ਮਿਲਦੇ ਆ ਜੀ ਸਦਕੇ, ਉਹਨਾਂ ਨੂੰ ਘਰ ਲੈ ਕੇ ਆਓ, ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਹੈ, ਕਿਸੇ ਨੇ ਉਹਨਾਂ ਨੂੰ ਟੋਕਿਆ ਨਹੀਂ ਹੈ, ਸਾਰਾ ਪਰਿਵਾਰ ਬੈਠਾ, ਸਾਰਾ ਪਰਿਵਾਰ ਤੇ ਝੂਠਾ ਨਹੀਂ ਹੋ ਸਕਦਾ ਨਾ, ਠੀਕ ਹੈ ਨਾ। ਤੂੰ ਮਾਤਾ ਜੀ ਨੂੰ ਆਪ ਜੀ ਲੈ ਕੇ ਆਓ। ਔਰ ਮੈਂ ਵੀ ਬੇਨਤੀ ਕਰਾਂ ਜੇ ਮਾਤਾ ਜੀ ਮੇਰੇ ਆਹ ਦੇਖ ਰਹੇ ਨੇ ਨਾ ਵੀਡੀਓ, ਕਿ ਕਿਰਪਾ ਕਰਕੇ ਘਰ ਆਓ, ਇਹ ਗੱਲਾਂ ਚੰਗੀਆਂ ਨਹੀਂ, ਬਹੁਤ ਹੋ ਗਿਆ। ਔਰ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਆਪਨੇ ਕੀਰਤਨ ਦੀ ਦਾਤ ਨਾਲ ਨਿਵਾਜੇ ਆ, ਤੁਹਾਡਾ ਨੌਕਰ ਆ, ਤੁਹਾਡਾ ਕੁੱਕਰ ਆ, ਤੇ ਘੱਟੋ ਘੱਟ ਇੰਨੀ ਕੁ ਸਿਆਣਪ ਵਰਤੋ ਕਿ ਜਦ ਤੱਕ ਸੱਚਾਈ ਪਤਾ ਨਾ ਲੱਗੇ ਉਸ ਤੋਂ ਪਹਿਲਾਂ ਆ ਜਜਮੈਂਟ ਨਾ ਦਿਓ, ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਜੇ, ਠੀਕ ਹੈ ਨਾ। ਇਹਨਾਂ ਹੀ ਗੱਲਾਂ ਕਰਕੇ ਨਾ ਫਿਰ ਉਹ ਕੰਮ ਵਾਪਰਦੇ ਆ ਕਿ ਕੋਈ ਮਾਂ ਪਿਓ ਆਪਣੇ ਪੁੱਤਰਾਂ ਨੂੰ ਰਾਗੀ ਨਹੀਂ ਬਣਾਉਣਾ ਚਾਹੁੰਦੇ। ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਜੇ ਵੀ ਆਹ ਗੱਲਾਂ ਨਾ ਕਰੋ, ਸਾਰੀ ਦੁਨੀਆਂ ਦੇ ਵਿੱਚ ਇਹ ਗਲਤ ਮੈਸੇਜ ਜਾਂਦਾ। ਘੱਟੋ ਘੱਟ ਗੁਰੂ ਕੇ ਕੀਰਤਨ ਦਾ ਤੇ ਗੁਰੂ ਕੀ ਬਾਣੀ ਦਾ ਉਹਦਾ ਤੇ ਸਤਿਕਾਰ ਕਰੋ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਬੱਚੇ ਨੂੰ ਤੁਸੀਂ ਆਪ ਹੀ ਨਵਾਜਿਆ ਕੀਰਤਨੀਆਂ, ਸੋ ਇਸ ਬੱਚੇ ਦੀ ਇੱਜ਼ਤ ਰੱਖੋ ਤਾਂ ਕਿ ਬੱਚਾ ਅੱਗੇ ਅੱਗੇ ਵਧੇ, ਜੋ ਛੋਟੀ ਪੀੜ੍ਹੀਆਂ ਨੇ ਉਹ ਇਹਦੇ ਤੋਂ ਕੋਈ ਸਬਕ ਲੈਣ। ਇਹ ਨਹੀਂ ਕਿ ਜੋ ਇਹਨਾਂ ਦੀ ਮੰਮੀ ਨੇ ਪਾ ਲਿਆ ਉਸਦਾ ਅਸਰ ਦੇਖਣ, ਨਾ ਦਿਖਾਓ ਆਪਣੇ ਬੱਚਿਆਂ ਨੂੰ ਇਹ ਅਸਰ। ਬਾਕੀ ਬਜ਼ੁਰਗਾਂ ਵਾਸਤੇ ਵੀ ਬੜੀ ਮੁਸ਼ਕਲ ਹੋ ਜਾਣੀ ਹੈ, ਕੋਈ ਸੱਚ ਮੰਨੇਗਾ ਹੀ ਨਹੀਂ, ਹਰ ਕੋਈ ਕਹੇਗਾ ਕਿ ਇਹ ਬਜ਼ੁਰਗ ਐਵੇਂ ਹੀ ਕਰਦਾ ਜਿਸ ਤਰ੍ਹਾਂ ਉਹਨੇ ਕੀਤਾ ਸੀ ਗੁਰਪ੍ਰੀਤ ਦੀ ਮੰਮੀ ਨੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਬਜ਼ੁਰਗਾਂ ਅੱਗੇ ਵੀ, ਇਹਨਾਂ ਨੂੰ ਸਮਝਾਓ ਕਿ ਆਪਣੇ ਘਰ ਜਾਣ। ਉਹਨਾਂ ਦਾ ਨੰਬਰ ਆ ਗਿਆ, ਉਹਨਾਂ ਨੇ ਪਾ ਦਿੱਤਾ ਜੇ ਨੰਬਰ, ਹੁਣ ਇਹ 5 ਮਿੰਟ ਵੀ ਨਹੀਂ ਲੱਗੇ ਉਹਨਾਂ ਦਾ ਨੰਬਰ ਵੀ ਆ ਗਿਆ। ਤੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਫੋਨ ਕਰੋ ਕਿ ਉਹ ਆਪਣੇ ਘਰ ਚਲੇ ਜਾਣ। ਬੱਚਾ ਬੈਠਾ ਉਹਨਾਂ ਦਾ ਲੈਣ ਆਇਆ ਹੋਇਆ, ਸਾਡੇ ਕੋਲ ਪਹੁੰਚਿਆ ਹੋਇਆ ਬੱਚਾ ਉਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।